ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਸਿਹਤ ਦੀ ਜਾਂਚ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਐਮ ਮਾਨ ਨੂੰ। ਹਾਲਾਂਕਿ ਡਾਕਟਰਾਂ ਮੁਤਾਬਕ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਕੁਝ ਜ਼ਰੂਰੀ ਟੈਸਟਾਂ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਰੂਟੀਨ ਚੈੱਕਅਪ ਦੇ ਲਈ ਸੀਐਮ ਮਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਮੁੱਖ ਮੰਤਰੀ ਪੰਜਾਬ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਜ਼ਰੂਰੀ ਟੈਸਟ ਉਹਨਾਂ ਦੇ ਹੋਣੇ ਨੇ ਜਿਸ ਨੂੰ ਲੈ ਕੇ ਹਸਪੀਟਲ ਪਹੁੰਚੇ ਨੇ ਸੀਐਮ ਮਾਨ। ਕੁਝ ਜ਼ਰੂਰੀ ਚੈੱਕਅਪ ਉਹਨਾਂ ਦਾ ਕੀਤਾ ਜਾਣਾ, ਕੁਝ ਜ਼ਰੂਰੀ ਟੈਸਟ ਲਏ ਜਾਣੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ। ਹਾਲਾਂਕਿ ਸੀਐਮ ਦਾ ਕਹਿਣਾ ਹੈ ਕਿ ਰੂਟੀਨ ਚੈੱਕਅਪ ਲਈ ਹੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਐਮ ਮਾਨ ਨੂੰ ਤੇ ਕੁਝ ਜ਼ਰੂਰੀ ਟੈਸਟਾਂ ਤੋਂ ਬਾਅਦ ਛੁੱਟੀ ਉਹਨਾਂ ਨੂੰ ਮਿਲ ਜਾਵੇਗੀ ਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ। ਸੀਐਮ ਮਾਨ ਫੋਰਟਿਸ ਹਸਪੀਟਲ ਪਹੁੰਚੇ ਨੇ ਤੇ ਉਹਨਾਂ ਦੀ ਸਿਹਤ ਦੀ ਜਾਂਚ ਕਰਵਾਈ ਜਾ ਰਹੀ ਹੈ। ਹਾਲਾਂਕਿ ਦੱਸਿਆ ਵੀ ਜਾ ਰਿਹਾ ਹੈ ਕਿ ਸਿਰਫ ਰੂਟੀਨ ਚੈੱਕਅਪ ਹੈ, ਕੁਝ ਜ਼ਰੂਰੀ ਟੈਸਟ ਸੀਐਮ ਮਾਨ ਦੇ ਹੋਣੇ ਨੇ ਤੇ ਟੈਸਟਾਂ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ। ਤਾਂ ਸੀਐਮ ਮਾਨ ਫੋਰਟਿਸ ਹਸਪੀਟਲ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਭਰਤੀ ਕਰਵਾਇਆ ਗਿਆ। ਰੂਟੀਨ ਜਾਂਚ ਹੈ ਉਹਨਾਂ ਦੀ ਕੀਤੀ ਜਾ ਰਹੀ ਹੈ, ਕੁਝ ਚੈੱਕਅਪ ਹੋਣਾ ਹੈ, ਕੁਝ ਟੈਸਟ ਹੋਣੇ ਨੇ ਜਿਸ ਦੇ ਲਈ ਫੋਰਟਿਸ ਹਸਪੀਟਲ ਦੇ ਵਿੱਚ ਸੀਐਮ ਮਾਨ ਨੂੰ ਲਿਆਂਦਾ ਗਿਆ ਤੇ ਡਾਕਟਰਾਂ ਮੁਤਾਬਕ ਕੁਝ ਟੈਸਟ ਲੈਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਤੇ ਰੂਟੀਨ ਚੈੱਕਅਪ ਦੇ ਲਈ ਹੀ ਸੀਐਮ ਮਾਨ ਹਸਪੀਟਲ ਦੇ ਵਿੱਚ ਭਰਤੀ ਹੋਏ ਨੇ। ਫੋਰਟਿਸ ਹਸਪੀਟਲ ਭਰਤੀ ਕਰਵਾਇਆ ਗਿਆ ਸੀਐਮ ਮਾਨ ਨੂੰ। ਹਾਲਾਂਕਿ ਦੱਸ ਦਈਏ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਕੁਝ ਜ਼ਰੂਰੀ ਟੈਸਟ ਹੋਣੇ ਨੇ ਜਿਸ ਦੇ ਲਈ ਸੀਐਮ ਮਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਰੂਟੀਨ ਚੈੱਕਅਪ ਜਿਹੜੀ ਹੈ ਸੀਐਮ ਮਾਨ ਦੀ ਹੋਣੀ ਹੈ।